ਬੀਬੀ ਦੀਪ ਕੌਰ ਪ੍ਰਸ਼ਾਦੇ ਲੈ ਕੇ ਪਿੰਡੋਂ ਬਾਹਰ ਉਸ ਰਸਤੇ ਤੇ ਜਾ ਬੈਠੀ ਜਿੱਥੋਂ ਜੱਥਾ ਲੰਘਣਾ ਸੀ, ਪਰ ਉੱਥੇ ਕੁਝ ਹੋਰ ਹੀ ਹੋ ਗਿਆ। ਸਿੰਘਾਂ ਦਾ ਜੱਥਾ ਪਹੁੰਚਣ ਤੋਂ ਪਹਿਲਾਂ ਇੱਕ ਮੁਗਲ ਸਰਕਾਰ ਦਾ ਫੌਜੀ ਦਸਤਾ ਆ ਪਹੁੰਚਿਆ। ਫੌਜਦਾਰ ਨੇ ਇਕੱਲੀ ਬੈਠੀ ਨੌਜਵਾਨ ਲੜਕੀ ਵੱਲ ਤੱਕਿਆ, ਦੰਗ ਰਹਿ ਗਿਆ। ਸਿੰਘਣੀ ਤੇ ਕੁਦਰਤੀ ਸੁੰਦਰਤਾ ਬੇਮਿਸਾਲ ਸੀ। ਉਸ ਅੜਬ ਜਿਹੇ ਫੌਜਦਾਰ ਨੇ ਪੁੱਛਿਆ, ਇਹ ਬੀਬੀ ਕੀ ਨਾਮ ਆ ਤੇਰਾ, ਕਿਹੜਾ ਪਿੰਡ ਆ, ਇੱਥੇ ਕਿਉਂ ਬੈਠੀਆਂ? ਸਿੰਘਣੀ ਤੇ ਫੌਜੀ ਅਫਸਰ ਦੇ ਸਵਾਲ ਜਵਾਬ ਹੁੰਦੇ ਨੇ, ਮਨਮੋਹਨ ਸਿੰਘ ਪੁਮਾਲ, ਜਗਦੇਵ ਸਿੰਘ ਗਹੌਰ, ਸਰੰਗੀ ਮਾਸਟਰ ਬਲਵਿੰਦਰ ਸਿੰਘ ਪੁਮਾਲ ਗਾ ਕੇ ਇੰਜ ਦੱਸਦੇ ਨੇ। ਕਿਸੇ